ਅਸਲ ਅੱਜ ਜਿਹੜਾ ਪ੍ਰਦਰਸ਼ਨ ਸਾਨੂੰ ਕਰਨ ਦੀ ਜ਼ਰੂਰਤ ਸਾਨੂੰ ਇਸ ਕਰਕੇ ਪਈ ਹੈ ਕਿਉਂਕਿ 20 ਨਵੰਬਰ 2020 ਤੋਂ ਜਦੋਂ ਪੰਜਾਬ ਦੇ ਵਿੱਚੋਂ ਨਰਿੰਦਰ ਮੋਦੀ ਦੇ ਖਿਲਾਫ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਣ ਲਈ 13 ਮਹੀਨੇ ਬਾਰਡਰ 'ਤੇ ਬਹਿ ਕੇ 700 ਜਾਨਾਂ ਪੰਜਾਬ ਦੀਆਂ ਗਵਾ ਕੇ, ਕਿਸੇ ਦਾ ਧੀ ਸੀ, ਕਿਸੇ ਦਾ ਪੁੱਤ ਸੀ, ਕਿਸੇ ਦਾ ਬਾਪ ਸੀ, 700 ਸਾਡੇ ਕਿਸਾਨ ਸ਼ਹੀਦ ਹੋਏ ਸੀ। ਔਰ ਨਰਿੰਦਰ ਮੋਦੀ ਨੇ ਇਹ ਕਿਹਾ ਸੀਗਾ ਵੀ ਤੁਸੀਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਸੀ ਵੀ ਧਰਨਾ ਚੱਕ ਲਓ ਅਤੇ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਹੈ, ਚਾਹੇ ਉਹ MSP ਹੈ, ਚਾਹੇ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ, ਅਸੀਂ ਤੁਹਾਡੀਆਂ ਹੋਰ ਵੀ ਜਿੰਨੀਆਂ ਵੀ ਮੰਗਾਂ ਹੈ ਅਸੀਂ ਉਹਨਾਂ ਨੂੰ ਲਾਗੂ ਕਰ ਦਾਂਗੇ। ਅੱਜ ਦੁਬਾਰਾ ਫਿਰ ਕਿਸਾਨਾਂ ਨੂੰ ਇਹ ਅੰਦੋਲਨ ਸ਼ੁਰੂ ਕਰਨਾ ਪਿਆ ਕਿਉਂਕਿ ਇਹ ਤਾਨਾਸ਼ਾਹੀ ਸਰਕਾਰ ਨਰਿੰਦਰ ਮੋਦੀ ਦੀ, ਇਹਨਾਂ ਨੂੰ ਪਤਾ ਹੁਣ ਇਲੈਕਸ਼ਨ ਨੇੜੇ ਆ ਗਿਆ ਅਤੇ ਅਸੀਂ ਜੋ ਮਰਜ਼ੀ ਕਰ ਲਈਏ, ਪਰ ਪੰਜਾਬ ਇੱਕ ਹਮੇਸ਼ਾ ਜਦੋਂ ਵੀ ਅੰਦੋਲਨ ਸ਼ੁਰੂ ਹੋਇਆ ਹਮੇਸ਼ਾ ਉਹ ਪੰਜਾਬ 'ਚੋਂ ਸ਼ੁਰੂ ਹੋਇਆ, ਚਾਹੇ ਉਹ ਕਿਸਾਨੀ ਦਾ ਹੋਵੇ। ਅੱਜ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਵੜਨ ਨਹੀਂ ਦੇ ਰਹੀ ਹਰਿਆਣਾ ਪੁਲਿਸ, ਜੋ ਤਸੱਦਦ ਉਹਨਾਂ 'ਤੇ ਹੋ ਰਿਹਾ, ਬੜੇ ਫੱਟੜ ਹੋ ਗਏ, ਉਹਨਾਂ 'ਤੇ ਅੱਥਰੂ ਗੈਸ ਸਿੱਟੇ ਜਾ ਰਹੇ ਹੈ, ਉਹਨਾਂ 'ਤੇ ਫਾਇਰਿੰਗ ਕੀਤੀ ਜਾ ਰਹੀ ਹੈ, ਉਹਨਾਂ ਨੂੰ ਪੁਲਿਸ ਕੁੱਟੀ ਜਾ ਰਹੀ ਹੈ। ਅੱਜ ਨਰਿੰਦਰ ਮੋਦੀ ਕਿੱਥੇ ਹੈ? ਅੱਜ ਪਹਿਲਾਂ ਕਿਸਾਨ ਦੇ ਪੁੱਤ ਹੈ, ਪਾਰਟੀ ਬਾਅਦ 'ਚ। ਜੇ ਕਿਸਾਨ ਜਥੇਬੰਦੀਆਂ ਕੋਈ ਵੀ ਸਾਨੂੰ ਕਹਿਣਗੀਆਂ ਵੀ ਦਿੱਲੀ ਬਾਰਡਰ 'ਤੇ ਤੁਹਾਡੀ ਨੌਜਵਾਨਾਂ ਦੀ ਲੋੜ ਹੈ, ਤਾਂ ਅਸੀਂ ਸਾਰੇ ਤਕੜੇ ਹੋ ਕੇ ਕਾਫਲੇ ਦੇ ਰੂਪ ਦੇ ਵਿੱਚ ਜਾਵਾਂਗੇ। ਜੇ ਕਿਸਾਨੀ ਹੈ ਤਾਂ ਪੰਜਾਬ ਬਚੂ, ਕਿਸਾਨੀ ਨਾਲ ਹੀ ਅਸੀਂ ਬਚਣਾ ਸਭ ਨੇ।